ਬੜੀ ਖੁਸ਼ੀ ਹੋਈ ਹੈ, ਮੈਂ ਅੱਜ ਸਰਨਾ ਵਿੱਚ ਆਈ ਹਾਂ ਔਰ ਸੋਨੂੰ ਭਾਅ ਜੀ ਜਿਹੜੇ ਮੇਰੇ ਐਜ਼ ਇੱਕ ਬ੍ਰਦਰ ਤੌਰ 'ਤੇ ਨੇ, ਇਹਨਾਂ ਨੇ ਪਹਿਲੇ ਵੀ ਮੇਰਾ ਬਹੁਤ ਸਹਿਯੋਗ ਦਿੱਤਾ ਸੀ, ਮੈਨੂੰ ਆਸ਼ੀਰਵਾਦ ਦਿੱਤਾ ਸੀ, ਉਹਨਾਂ ਦੇ ਸਾਰੇ ਪਰਿਵਾਰ ਨੇ, ਸਾਰੇ ਭਰਾਵਾਂ ਨੇ, ਔਰ ਬੜੀ ਖੁਸ਼ੀ ਹੋਈ ਹੈ ਕਿ ਅੱਜ ਫਿਰ ਉਹਨਾਂ ਨੇ ਮੇਰਾ ਬੜਾ ਸਤਿਕਾਰ ਕੀਤਾ ਹੈ ਔਰ ਇੰਨਾ ਜ਼ਿਆਦਾ ਸਤਿਕਾਰ ਕੀਤਾ ਹੈ ਕਿ ਮੈਂ ਕਦੀ ਵੀ ਇਸ ਚੀਜ਼ ਨੂੰ ਭੁਲਾ ਨਹੀਂ ਸਕਦੀ ਔਰ ਬਹੁਤ ਜ਼ਿਆਦਾ ਆਸ਼ੀਰਵਾਦ ਹਮੇਸ਼ਾ ਤੋਂ ਮੈਨੂੰ ਇਹਨਾਂ ਦਾ ਰਿਹਾ ਹੈ ਔਰ ਇਹਨਾਂ ਦੇ ਪਰਿਵਾਰ ਦਾ, ਇਹਨਾਂ ਦੇ ਸਾਰੇ ਹੀ ਜਿੰਨੇ ਵੀ ਭੈਣ ਭਰਾ ਨੇ, ਉਹਨਾਂ ਦਾ ਬਹੁਤ ਜ਼ਿਆਦਾ ਆਸ਼ੀਰਵਾਦ ਮੇਰੇ ਸਿਰ 'ਤੇ ਰਿਹਾ। ਐਮਐਲਏ ਸੀਮਾ ਦੇਵੀ ਜਿੰਦਾਬਾਦ, ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਹਲਕਾ ਪੋਇਆ ਦੀ ਐਮਐਲਏ ਸੀਮਾ ਦੇਵ ਕੁਮਾਰੀ 5 ਸਾਲ ਪਹਿਲਾਂ ਜਿਹੜੀ ਰਹਿ ਚੁੱਕੀ ਆ, ਅਸੀਂ ਉਹਨਾਂ ਦਾ ਸਮਰਥਨ ਇਸ ਕਰਕੇ ਕਰਦੇ ਹਾਂ ਵੀ ਆਉਣ ਸਰਕਾਰ ਇਹਨਾਂ ਨੇ ਨਾ ਹੀ ਤਾਂ ਕਿਸੇ ਅਦਰ ਪਾਰਟੀ ਦੇ, ਕਾਂਗਰਸ ਦੇ ਕਿਸੇ 'ਤੇ ਪਰਚੇ ਨਹੀਂ ਕਰਾਏ, ਉਹ ਨਾ ਹੀ ਭਾਰਤੀ ਜਨਤਾ ਪਾਰਟੀ ਦੇ ਕਿਸੇ 'ਤੇ ਪਰਚੇ ਹੋਏ। ਜਦੋਂ ਵੀ ਭਾਰਤੀ ਜਨਤਾ ਪਾਰਟੀ ਜਾਂ ਆਮ ਵਰਕਰ ਨੂੰ ਕੋਈ ਵੀ ਤਕਲੀਫ ਹੋਈ ਆ, ਇਹ ਆਪੇ ਹੀ ਦਰੀਆਂ ਦੇ ਪੁੰਜੇ ਬਹਿ ਕੇ ਉਹਨਾਂ ਨਾਲ ਧਰਨਾ ਲਾ ਕੇ ਬੈਠੇ। ਅਸੀਂ ਮਿਹਨਤੀ ਔਰ ਇਮਾਨਦਾਰ ਲੇਡੀ ਚੁਣੀ ਆ, ਜਾਣਕੀ ਕੋਈ ਵੀ ਇਹਨਾਂ 'ਤੇ ਕਰਪਸ਼ਨ ਦਾ ਪਰਚਾ ਵੀ ਕੋਈ ਨਹੀਂ ਦਰਜ ਹੋਇਆ। ਮੈਡਮ ਜੀ, ਅਸੀਂ ਤੁਹਾਨੂੰ ਵਿਸ਼ਵਾਸ ਦਿਲਾਉਂਦੇ ਹਾਂ, ਅਸੀਂ ਤੁਹਾਨੂੰ ਵੱਧ ਤੋਂ ਵੱਧ ਇੱਥੋਂ ਵੋਟਾਂ ਨਾਲ ਲੀਡ ਕਢਾ ਕੇ ਦੇਵਾਂਗੇ। ਭਾਰਤੀ ਜਨਤਾ ਪਾਰਟੀ ਜਿੰਦਾਬਾਦ। ਸਭ ਤੋਂ ਪਹਿਲਾਂ ਪਰਮੇਸ਼ਰ ਧੰਨਵਾਦ ਹੈ ਵੀ ਸਾਡੇ ਇਲਾਕੇ ਦੇ ਐਮਐਲਏ ਸੀਮਾ ਦੇਵੀ ਜੀ ਅੱਜ ਗ੍ਰੇਸ ਆਫ ਗੋਡ ਚਰਚ ਵਿੱਚ ਆਏ ਨੇ ਔਰ ਪ੍ਰੇਅਰ ਕਰਨ ਵਾਸਤੇ। ਸਾਡੀ ਪ੍ਰਾਰਥਨਾਵਾਂ ਮੈਡਮ ਜੀ, ਸਿਸਟਰ ਜੀ ਤੁਹਾਡੇ ਨਾਲ ਨੇ, ਔਰ ਅਸੀਂ ਚਾਹੁੰਦੇ ਹਾਂ। ਇੱਕ ਗੱਲ ਮੈਂ ਕਹਿਣਾ ਚਾਹੁੰਦਾ ਵੀ ਇਹਨਾਂ ਦੀ ਇਲਾਕੇ ਦੇ ਅੰਦਰ ਆਇਆ ਕੋਈ ਵੀ ਹਿੰਸਕ ਘਟਨਾ ਜਿਹੜੀ ਹੈ, ਜਾਤੀਵਾਦੀ ਘਟਨਾ ਨਹੀਂ ਹੋਈ। ਇੱਕ ਥੋੜ੍ਹੀ ਜਿਹੀ ਹੋਈ ਪਰ ਉਹਨੂੰ ਵੀ ਕੰਟਰੋਲ ਕੀਤਾ ਗਿਆ। ਕਦੀ ਸੁਣਨੀ ਤਿੰਨਾਂ ਚਾਰਾਂ ਇਲਾਕਿਆਂ 'ਚ ਨਹੀਂ ਮਿਲਿਆ ਵੀ ਇੱਧਰ ਕ੍ਰਿਸਚਨ ਜਾਤੀਵਾਦ ਦਾ ਨਸਲੀ ਹਮਲਾ ਹੋਇਆ ਜਾਂ ਕਿੱਦਾਂ ਹੋਇਆ ਹਮਲਾ। ਇਹ ਬਹੁਤ ਗੁੱਡ ਵੈਲ ਆ। ਔਰ ਐਮਐਲਏ ਸਾਹਿਬ ਨੂੰ ਪਿਛਲੇ ਸਾਲ ਵੀ ਅਸੀਂ ਕੋਈ ਡਿਮਾਂਡ ਦਿੱਤੀ ਸੀ, ਇਹਨਾਂ ਨੂੰ ਯਾਦ ਹੋਏਗਾ, ਇਹ 14 ਕਿ 15 ਮਹੀਨੇ ਬਾਅਦ ਇਸ ਵਾਸ ਚਰਚ ਅੰਦਰ ਆਏ ਨੇ ਔਰ ਸਮਝ ਗਏ ਹੋਣਗੇ ਇਹ ਡਿਮਾਂਡ ਪੂਰਾ ਕੀਤਾ ਜਾਵੇ। ਔਰ ਜਿੰਨੇ ਵੀ ਲੋਕ ਨੇ ਤੁਸੀਂ ਦੇਖ ਰਹੇ ਹੋ, ਸਭ ਦੀ ਵੈਲਵਿਸ਼ ਤੁਹਾਡੇ ਨਾਲ, ਇਸ ਕਰਕੇ ਵੀ ਸਭ ਲੋਕ ਤੁਹਾਨੂੰ ਪਿਆਰ ਕਰਦੇ ਆ। ਔਰ ਇੱਕ ਗੱਲ ਜੋ ਬੋਲੀ ਇਹਨਾਂ ਨੇ ਵੀ ਕੋਈ ਪਰਚਾ ਨਹੀਂ ਆ ਜਾਤੀਵਾਦ ਦੇ ਉੱਪਰ ਚਾਹੇ ਕਿਸੇ ਉੱਪਰ ਨਹੀਂ, ਵੀ ਇਹਨੇ ਮੇਰੇ ਨਾਲ ਮਾੜਾ ਕੀਤਾ, ਇਹਨੇ ਕੀਤਾ, ਅੱਛਾ ਜਿਹੜਾ ਕਰ ਰਹੇ ਨੇ ਉਹ ਬਹੁਤ ਵਧੀਆ। ਮੈਂ ਇੱਕ ਵਾਰੀ ਮੇਰੇ ਐਸ ਐਚ ਓ ਨਾਲ ਮੁਲਾਕਾਤ ਕਰਨਾ ਹੁੰਦੀ ਹੈ ਬਿਲਦਾ, ਉਹ ਵੀ ਬੋਲਦੇ ਵੀ ਮੈਡਮ ਬਹੁਤ ਚੰਗੇ ਨੇ, ਸਾਨੂੰ ਬੇਵਜ੍ਹਾ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਕਰਦੇ, ਬੜਾ ਵਧੀਆ ਨੇ। ਬਲਕਿ ਇਹਦੇ ਨੇ ਮੇਰੇ ਛੋਟੇ ਬ੍ਰਦਰ ਸੋਨੂੰ, ਛੋਟੇ ਬ੍ਰਦਰ ਚਮਨ ਇਹਨਾਂ ਨਾਲ ਜੁੜੇ ਨੇ ਅਤੇ ਇਹ ਇਹਨਾਂ ਨਾਲ ਵਰਕ ਤੌਰ 'ਤੇ ਜੁੜੇ ਨੇ, ਪਰ ਸਾਡੀ ਪ੍ਰਾਰਥਨਾ ਤੁਹਾਡੇ ਨਾਲ ਜੁੜੀਆਂ ਨੇ। ਹਾਲੇਲੂਇਆ। ਰਬਾ ਖਲ ਮੰਦਿਰ ਬੇ ਸ਼ਬਾ ਖਲ ਮੰਦਿਰ ਬੋ ਸਬਾ, ਰਬਾ ਨ ਮੰਦਿਰ ਬੇ ਸਬਾ ਖਲ ਮੰਦਿਰ ਬੋ ਸ਼ਬਾ, ਰਬਾ ਨ ਮੰਦਿਰ ਬੇ ਸਬਾ, ਰਬਾ ਨ ਮੰਦਿਰ ਬੋ ਸ਼ਬਾ ਖਲ ਮੰਦਿਰ ਬੇ ਸਬਾ। ਹਾਲੇਲੂਇਆ। ਪਿਆਰੇ ਪ੍ਰਭੂ ਜੀ, ਮਹਾਨ ਪਰਮੇਸ਼ਰ, ਤੇਰੀ ਬੇਟੀ ਸੀਮਾ ਜੀ ਕਾ ਤੇਰੇ ਇਸ ਭਵਨ ਮੇ ਹਮ ਸਵਾਗਤ ਕਰਤੇ ਹੈ ਔਰ ਜਿਤਨੇ ਵਰਕਨ ਕੇ ਸਾਥ ਜੁੜੇ ਹੈ ਖੁਦਾਵਨ, ਤਨ ਮਨ ਧਨ ਸਿੰਘ ਕੇ ਸਾਥ ਜੁੜੇ ਰਹੇ। ਹਾਲੇਲੂਇਆ। ਔਰ ਬਹੁਤ ਜ਼ਿਆਦਾ ਖੁਦਾ ਵੋਟੋ ਸੇ ਲੀਡ ਕਰਕੇ ਖੁਦਾਵਨ ਦੁਆਰਾ ਪ੍ਰਭੂ ਜੀ ਆਪਣੀ ਬੇਟੀ ਕੋ ਖੁਦਾਵਨ ਆਪ ਜੀਤ ਮੇ ਲੇਕਰ ਜਾਏ। ਹਾਲੇਲੂਇਆ। ਤੇਰਾ ਵਚਨ ਜੇ ਘੋਸ਼ਣਾ ਕਰਦਾ ਹੈ, ਯੁੱਧ ਮੇ ਜਾਣੇ ਕੇ ਲਈ ਤੀਰ ਵੀ ਹੈ ਗੋੜਾ ਵੀ ਹੈ, ਲੇਕਿਨ ਜੋ ਜੈ ਹੈ ਵੋ ਯਹੋਵਾ ਕੀ ਔਰ ਸੇ। ਹਾਲੇਲੂਇਆ। ਜੋ ਜੈ ਹੈ ਵੋ ਪਰਮੇਸ਼ਰ ਕੀ ਔਰ ਸੇ। ਹਾਲੇਲੂਇਆ। ਰਬਾ ਹਾਲੇਲੂਇਆ। ਪ੍ਰਭੂ ਜੀ, ਤੇਰੀ ਬੇਟੀ ਕੋ ਖੁਦਾ ਨੇ ਪੂਰੀ ਪਰਿਵਾਰ ਕੋ ਅਨਕੇ ਪੂਰੀ ਟੀਮ ਕੋ ਮੀਡੀਆ ਟੀਮ ਕੋ ਤੇਰੇ ਲਹੂ ਮੇ ਸੀਲ ਕਰਤੇ ਹੈ ਪ੍ਰਭੂ ਜੀ, ਔਰ ਤੇਰੀ ਬੇਟੀ ਕਾ ਅੱਛੇ ਵੋਟੋ ਮੇ ਜੀਤ ਦਿਲਾਣੇ ਕੇ ਲਈ ਹਮ ਤੇਰੇ ਸਾਹਮਣੇ ਨਿਵੇਦਨ ਔਰ ਬੇਨਤੀ ਔਰ ਪ੍ਰਾਰਥਨਾ ਕਰਤੇ ਹੈ ਔਰ ਪ੍ਰਭੂ ਜੀ ਤੇਰੀ ਦਇਆ ਕੀ ਭੀਖ ਮੰਗਤੇ ਹੈ ਖੁਦਾ ਹਮ। ਇਸ ਪ੍ਰਾਰਥਨਾ ਕੋ ਮਸੀਹ ਯੇਸ਼ੂ ਕੇ ਨਾਮ ਸੇ ਮੰਗਤੇ ਹੈ।
ਥੈਂਕ ਯੂ ਕਰਮਲ ਜੀ। ਮੰਡਲ ਪ੍ਰਧਾਨ ਸਾਡੇ ਭੋਇਆ ਐਮ ਐਲ ਏ ਸੀਮਾ ਕੁਮਾਰੀ ਮਿਹਨਤੀ ਔਰ ਇਮਾਨਦਾਰ ਲੀਡਰ ਨੇ, ਇਸ ਕਰਕੇ ਅਸੀਂ ਫਿਰ ਇੱਕ ਵਾਰੀ ਫੈਸਲਾ ਲਿਆ ਵੀ ਆਪਾਂ ਕਿਉਂ ਨਾ ਵਾਰ ਵਾਰ ਜੇ ਹੋਰ ਹੀ ਲੋਕਾਂ ਨੂੰ ਬਣਾਉਣਾ ਹੈ ਤਾਂ ਸਾਡਾ ਕੰਮਕਾਰ ਕੋਈ ਨਹੀਂ ਹੋਣਾ। ਅਸੀਂ ਸੋਚਿਆ ਵੀ 5 ਸਾਲ ਮੈਡਮ ਨੇ ਕੰਮ ਕੀਤੇ, ਕੁਛ ਕੰਮ ਜਿਹੜੇ ਰਹਿ ਗਏ ਉਹ ਦੁਬਾਰਾ ਇਹਨਾਂ ਨੂੰ ਜਿਤਾ ਕੇ ਅਤੇ ਇਹਨਾਂ ਕੋਲ ਕੰਮ ਪੂਰੇ ਕੀਤੇ ਕਰਾਂ। ਬਾਕੀ ਮੈਡਮ ਮਿਹਨਤੀ ਔਰ ਇਮਾਨਦਾਰ ਲੇਡੀਜ਼ ਨੇ, ਇਹਨਾਂ ਨੂੰ ਅੱਗੇ ਵੀ ਪਿਛਲੀ ਵਾਰੀ ਵਿਸ਼ਵਾਸ ਜਤਾਇਆ ਸੀ, ਇੱਥੋਂ ਅਸੀਂ ਵੋਟਾਂ ਨਾਲ ਕਾਫ਼ੀ ਸਰਨੇ ਤੋਂ ਜਿੱਤ ਕਰਾਈ, ਹੁਣ ਵੀ ਜਿੱਤ ਕਰਾ ਕੇ ਭੇਜਾਂਗੇ। ਸਭ ਨੂੰ ਨਮਸਕਾਰ, ਪਰਮ ਸਤਿਕਾਰਯੋਗ ਮੇਰੇ ਭਰਾ ਸਾਡੇ ਫਾਤਰੀ ਸਾਹਿਬ, ਮੇਰੇ ਭਰਾ ਚਮਨ ਜੀ, ਸੋਨੂੰ ਜੀ, ਉਹਨਾਂ ਦੇ ਸਾਰੇ ਪਰਿਵਾਰ ਦੇ ਸਦੱਸਿਆ, ਮੇਰੀਆਂ ਮਾਤਾ ਭੈਣਾਂ, ਔਰ ਮੇਰੇ ਨਾਲ ਆਏ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਿਆਕਰਤਾ, ਸਾਰੇ ਹੀ ਮੇਰੇ ਵੱਡੇ ਭਰਾ ਚਰਚ ਮੈਂਬਰ ਨੇ ਜਿਹੜੇ, ਉਹਨਾਂ ਦੀ ਕਮੇਟੀ, ਉਹਨਾਂ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਸਾਡੇ ਵਿੱਚ ਆਏ ਸਾਡੇ SC ਮੋਰਚਾ ਦੇ ਪ੍ਰਧਾਨ, ਜ਼ਿਲ੍ਹਾ ਦੇ ਅਧਿਕਸ਼ ਜੋਗਿੰਦਰਪਾਲ ਜੀ, ਮੰਡਲ ਪ੍ਰਧਾਨ ਜੀ ਕਨਵਰ ਜੀ, ਔਰ ਬਹੁਤ ਦੂਰ ਤੋਂ J&K ਤੋਂ ਆਏ ਸਾਡੇ ਭਰਾ ਸਾਡੇ ਨਾਲ ਸਾਥ ਦੇ ਰਹੇ ਨੇ, ਸਿਤੰਬਰ ਜੀ, ਸਾਡੀਆਂ ਸਾਰੀਆਂ ਭੈਣਾਂ ਦੀ ਟੀਮ, ਯੁਵਾ ਮੋਰਚਾ ਦੀ ਟੀਮ, ਔਰ ਸਤਿਕਾਰਯੋਗ ਮੇਰੇ ਸਾਹਮਣੇ ਬੈਠੀਆਂ ਮੇਰੀਆਂ ਸਾਰੀਆਂ ਮਾਤਾ ਭੈਣਾਂ, ਨਮਸਕਾਰ ਪ੍ਰਣਾਮ। ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਸਪੈਸ਼ਲੀ ਇਸ ਪਰਿਵਾਰ ਦਾ, ਸੋਨੂੰ ਭਾਅ ਜੀ ਦਾ, ਜਿਨ੍ਹਾਂ ਨੇ ਉਹਨਾਂ ਦੇ ਸਾਰੇ ਪਰਿਵਾਰ ਦਾ, ਜਿਨ੍ਹਾਂ ਨੇ ਹਮੇਸ਼ਾ ਤੋਂ ਮੈਨੂੰ ਬੜੀ ਇੱਕ ਮਤਲਬ ਇੱਕ ਮੋਟੀਵੇਸ਼ਨ ਦਿੱਤੀ ਹੈ, ਬਹੁਤ ਪੋਜ਼ਿਟਿਵ ਨੂੰ। ਔਰ ਜਦੋਂ ਵੀ ਅਸੀਂ ਕਦੀ ਵੀ ਉਹਨਾਂ ਨਾਲ ਕੋਈ ਗੱਲਬਾਤ ਕਰੀਏ ਜਾਂ ਕਦੀ ਸਾਨੂੰ ਮਿਲਣ ਵੀ ਆਉਣ, ਤਾਂ ਇੰਨੀਆਂ ਵਧੀਆ ਉਹਨਾਂ ਦੀ ਗੱਲਾਂ ਹੁੰਦੀਆਂ ਨਾ, ਸ਼ਾਇਦ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਇਸ ਪਰਿਵਾਰ ਤੋਂ, ਕਿਉਂਕਿ ਸੱਚੇ ਸੁੱਚੇ ਇੱਕ ਐਸੇ ਵਿਅਕਤੀ ਨੇ, ਐਸੇ ਪਰਿਵਾਰ ਹੈ। ਔਰ ਜਦੋਂ ਮੈਂ 2012 'ਚ ਆਈ ਸੀ, ਉਦੋਂ ਵੀ ਇਹਨਾਂ ਨੇ ਬਹੁਤ ਸਤਿਕਾਰ ਕੀਤਾ ਸੀ, ਬਾਕੀ ਕੋਈ ਵੀ ਵੋਟ ਵੱਲੋਂ ਇਹਨਾਂ ਨੇ ਕੋਈ ਕਮੀ ਨਹੀਂ ਆਉਣ ਦਿੱਤੀ ਸੀ। ਔਰ ਅੱਜ ਜਿਸ ਤਰ੍ਹਾਂ ਦਾ ਸਤਿਕਾਰ ਕੀਤਾ ਸਾਡੀ ਸਾਰੀ ਪਾਰਟੀ ਦਾ ਇਸ ਪਰਿਵਾਰ ਨੇ, ਇਹ ਬਹੁਤ ਸਾਡੇ ਲਈ ਸੱਚਾ ਔਰ ਸੁੱਚਾ ਜਿਹੜਾ ਹੈ ਇੱਕ ਪੂਰੇ ਭੋਏ ਹਲਕੇ ਵਿੱਚ ਉਹਨਾਂ ਨੇ ਇੱਕ ਕਾਇਮ ਕੀਤਾ ਹੈ। ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। 10 ਸਾਲ ਤੋਂ ਤੁਸੀਂ ਪੰਜਾਬ 'ਚ ਅਕਾਲੀ ਭਾਜਪਾ ਸਰਕਾਰ ਬਣਾਈ ਹੈ, ਤੀਸਰੀ ਵਾਰ ਤੁਸੀਂ ਮੁੜ ਕੇ ਬਣਾਓ, ਉਹ ਤਾਂ ਬਣਨੀ ਹੈ ਕਿ ਇੱਕ ਇੱਕ ਆਪਣਾ ਅਕਾਲੀ ਦਲ ਦਾ MLA ਤੁਸੀਂ ਜਿਤਾ ਕੇ ਭੇਜੋਗੇ, ਇੱਕ ਇੱਕ MLA ਤੁਸੀਂ BJP ਦਾ ਜਿਤਾ ਕੇ ਭੇਜੋਗੇ। ਅਗਰ ਬਾਈ ਚਾਂਸ ਪਰਮਾਤਮਾ ਸਭ ਕੁਛ ਠੀਕ ਕਰੇ, ਜੇਕਰ ਅਜਿਹਾ ਹੋ ਗਿਆ ਤਾਂ ਜਿੰਨੀਆਂ ਵੀ ਸਕੀਮਾਂ ਸਾਡੀ ਸਰਕਾਰ ਨੇ 10 ਸਾਲ ਤੋਂ ਸਾਡੇ ਪਿੰਡਾਂ ਵਿੱਚ ਸਾਡੇ ਗਰੀਬ ਲੋਕਾਂ ਨੂੰ ਚਲਾਈਆਂ ਨੇ, ਅਗਰ ਹੋਰ ਕੋਈ ਸਰਕਾਰ ਆ ਗਈ ਉਹਨਾਂ ਨੇ ਸਾਰੀਆਂ ਬੰਦ ਕਰ ਦੇਣੀਆਂ, ਆਪਣੀਆਂ ਪਤਾ ਨਹੀਂ ਉਹਨਾਂ ਦੇਣੀਆਂ ਕਿ ਨਹੀਂ ਦੇਣੀਆਂ, ਕਿੱਥੇ ਦੇਣੀਆਂ। 10 ਸਾਲ ਪਹਿਲੇ ਉਸ ਸਰਕਾਰ ਨੇ, ਅਸੀਂ ਤਾਂ ਨਾਂ ਵੀ ਨਹੀਂ ਲੈਂਦੇ, ਬਿਜਲੀ ਦੇ ਬਿੱਲ ਮਾਫ਼ ਕੀਤੇ ਜੀ, ਇਹ ਕੀਤਾ, ਮੁੜ ਕੇ ਕਿੰਨੇ ਕਿੰਨੇ ਟਿਊਬਵੈੱਲਾਂ ਦੇ ਬਿੱਲ ਪਾ ਦਿੱਤੇ ਸੀ ਉਹਨਾਂ ਨੇ। ਸੋ ਇਸ ਤਰ੍ਹਾਂ ਨਾਲ ਜਿਹੜੀਆਂ ਸਾਡੀਆਂ ਸਕੀਮਾਂ ਨੇ, ਸਾਡੀਆਂ ਬੱਚੀਆਂ ਨੂੰ ਸ਼ਗਨ ਸਕੀਮਾਂ ਮਿਲਦੀਆਂ ਨੇ, ਸਾਡੀਆਂ ਕੁੜੀਆਂ ਨੂੰ ਜਿਹੜੀਆਂ ਸਕੂਲਾਂ ਵਿੱਚ ਸਾਈਕਲ ਦਿੱਤੇ ਜਾਂਦੇ ਆ, ਸਾਡੇ ਨੀਲੇ ਕਾਰਡ, ਸਾਡੇ ਰਾਸ਼ਨ ਦਿੱਤਾ ਜਾਂਦਾ ਹੈ, ਸਾਡੀ ਬਿਜਲੀਆਂ ਦੇ ਬਿੱਲ ਮਾਫ਼ ਨੇ। ਮੈਂ ਸਾਰੇ ਪਰਿਵਾਰ ਦਾ ਫਿਰ ਤੋਂ ਇੱਕ ਵਾਰ ਤਿੰਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਮਾਤਾ ਜੀ ਦਾ, ਉਹਨਾਂ ਦੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਜਿੰਨੇ ਵੀ ਪਰਿਵਾਰ ਆਪਣੇ ਨਾਲ ਜੁੜੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦੀ ਹਾਂ, ਬਹੁਤ ਬਹੁਤ ਧੰਨਵਾਦ, ਜੈ ਹਿੰਦ ਜੈ ਮਾਤਾ।